हाँ जी, मैं हरनेक सिंह निजर पिंड निजरा तो मैंबर चैत। मेरी वाइफ कुलविंदर कौर पिंड के सरपंच। तो मैं बहुत धन्यवाद करता जो सर UPI न्यूज़ वाले आए हैं, इन्हों बहुत बहुत धन्यवाद। तो इस मैं धन्यवाद करता अपने पिंड के बहुत वोटर सपोर्टर का जिन्होंने सानू रल के मैं मैंबर चैत मेरी मिशन सरपंच बनाया। धन्यवाद सारे नगर निवासियों का, NRI भरावान का जिन्होंने मेरा सहयोग दिता। तो इस तरह ही असं अपने पिंड कुछ सोच लेके चले हैं, कुछ नवं हो। सारे तो पहले तो मेरी सोच यह है कि असी अपने स्कूल नूं वधिया बनाइए जिथे साडे बच्चों नूं एजुकेशन मिल रही है, ताकि बच्चे पढ़ लिख के अपने अवेयरनेस हो सकन, उन्होंने अपने अधिकारों का पता लगे। तो असी अपने स्कूल के विच काम शुरू भी कर लिया, कुछ भर्ती पा के क्योंकि ग्राउंड के विच पानी सात का तो पिंड का सारा इकट्ठा हो जाता सी, वह शुरू किया। असी हुण इस तों बाद इहदे सारे नूं पेंट वगैरह करावांगे, कैमरे वगैरह लगाउण दा, लाइटां वगैरह लगा के इहदे विच ग्राउंड दे पार्क बना के इहनूं सुंदर बना के सुंदर दुख जिद्दां कि प्राइवेट स्कूलां वांग होवे, ਤਾਂ ਕਿ ਲੋਕਾਂ ਦੇ ਵਿੱਚ ਇਹ ਹੋਵੇ ਕਿ ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸਕੂਲਾਂ 'ਚ ਕੋਈ ਫਰਕ ਨਹੀਂ, ਕਿਉਂਕਿ ਬਹੁਤੇ ਲੋਕ ਜਿਹੜੇ ਹੈਗੇ ਆ ਆਮ ਤੌਰ 'ਤੇ ਪ੍ਰਾਈਵੇਟ ਸਕੂਲਾਂ ਵੱਲ ਬੱਚਿਆਂ ਨੂੰ ਲੈ ਕੇ ਜਾਂਦੇ ਆ, ਕਿਉਂਕਿ ਫਿਰ ਉਹਨਾਂ ਨੂੰ ਇੱਦਾਂ ਲੱਗਦਾ ਕਿ ਉੱਥੇ ਦਾ ਜਿਹੜਾ ਆ ਬਹੁਤ ਵਧੀਆ ਮਾਹੌਲ ਵਧੀਆ ਲੱਗਦਾ ਆ, ਸਟੈਂਡਰਡ ਵਧੀਆ ਲੱਗਦਾ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਇੱਥੇ ਪੜ੍ਹਦੇ ਗਰੀਬ ਬੱਚੇ ਪਰਿਵਾਰ, ਉਹਨਾਂ ਨੂੰ ਵੀ ਇੱਦਾਂ ਲੱਗੇ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਕਿਸੇ ਨਾਲ ਘੱਟ ਨਹੀਂ ਗਏ। ਤਾਂ ਦੂਸਰੀ ਹੈਗੀ ਸਾਡੇ ਪਿੰਡ ਇੱਕ ਡਿਸਪੈਂਸਰੀ ਚੱਲ ਰਹੀ ਹੈ ਸੱਚਾ ਸੌਦਾ ਦੇ ਨਾਂ 'ਤੇ ਉੱਤੇ, ਉਸ ਦੇ ਵਿੱਚ ਵੀ ਅੱਜ ਕੱਲ੍ਹ 6 ਬੈੱਡ ਦਾ ਹਸਪਤਾਲ ਦਾ ਕਮਰੇ ਬਣ ਰਿਹਾ। 15 ਲੱਖ ਦੀ ਗ੍ਰਾਂਟ ਸਾਨੂੰ ਆਈ ਹੈ, 10 ਲੱਖ ਉਹਨਾਂ ਨੂੰ ਸਿੱਧੀ ਆਈ ਹੈ ਅਤੇ 5 ਲੱਖ ਅਸੀਂ ਉਹ ਪੰਚਾਇਤ ਦੇ ਥਰੂ ਆ ਗਈ ਹੈ ਜਿਹੜਾ ਕੰਮ ਚੱਲ ਰਿਹਾ ਹੁਣ। ਅਤੇ ਅੱਛੀ ਇਲਾਜ ਵਗੈਰਾ ਲੋਕਾਂ ਦਾ ਹੋਵੇ, ਫੈਸਿਲਿਟੀ ਮਿਲੇ ਤਾਂ ਕਿ ਲੋਕ ਸਿਹਤਮੰਦ ਰਹਿਣ, ਇਹ ਸਾਡਾ ਦੂਜਾ ਮਿਸ਼ਨ ਹੈ। ਇਸ ਤੋਂ ਬਾਅਦ ਅਸੀਂ ਤੀਜਾ ਪਿੰਡ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੇ ਲਈ ਸੀਵਰੇਜ ਦਾ ਕੰਮ ਸਾਡਾ ਸਟਾਰਟ ਹੋਇਆ ਹੀ ਹੈ, ਕਿਉਂਕਿ ਅਸੀਂ ਸਮਾਨ ਵਗੈਰਾ ਸਾਰਾ ਆ ਗਿਆ ਹੈਗਾ ਅਤੇ ਜਲਦੀ ਉਹਨੂੰ ਕਰ ਲੈਣਾ ਸਟਾਰਟ ਹੋ ਕੇ, ਤਾਂ ਜਿੰਨੀ ਵੀ ਗੰਦਗੀ ਹੈ ਛੱਪੜਾਂ ਨੂੰ ਪੱਕਾ ਕਰਕੇ ਇਹਨੂੰ ਸੁੰਦਰ ਬਣਾਇਆ ਜਾਵੇ। ਪਿੰਡ ਦੇ ਵਿੱਚ ਹਰਿਆਲੀ ਔਰ ਪਿੰਡ ਦੀ ਸੜਕ ਦੇ 4 ਚੁਫੇਰੇ ਜਿੰਨਾ ਵੀ ਹੈ ਇੰਟਰਲੋਕ ਲਾ ਕੇ ਵਧੀਆ ਕੀਤਾ ਜਾਵੇ, ਇਹ ਸਾਡਾ ਸਾਰਾ ਹੈਗਾ ਹੈ। ਬਾਕੀ ਢੇਰਾਂ ਦਾ ਕੰਮ ਜਿਹੜਾ ਹੈਗਾ ਉਹ ਸਾਡੇ ਕਾਫੀ ਜਗ੍ਹਾ ਜਿਹੜੀਆਂ ਆਲੇ ਦੁਆਲੇ ਪਿੰਡ ਦੇ ਪਈਆਂ ਹੈ, ਤੋ ਕਾਫੀ ਗੰਦਗੀ ਰਹਿੰਦੀ ਹੈ। ਵੈਸੇ ਟੈਂਪਰੇਰੀ ਤਾਂ ਅਸੀਂ ਹੱਲ ਮਾੜਾ ਮੋਟਾ ਕੱਢਿਆ ਕਿ ਟੋਏ ਮਰਵਾ ਦਿੱਤੇ ਆ ਵਿੱਚੋਂ, ਤਾਂ ਕਿ ਢੇਰਾਂ ਦੀ ਦਿੱਖ ਜਿਹੜੀ ਉਹ ਢੇਰ ਦਿਸਣ ਨਾ, ਪਰ ਇਹਨਾਂ ਦਾ ਪਰਮਾਨੈਂਟ ਹੱਲ ਹੌਲੀ ਹੌਲੀ ਕਰ ਦਿੱਤਾ ਜਾਊਗਾ। ਇਸ ਤਰ੍ਹਾਂ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਸੁੰਦਰ ਬਣਾਉਣ ਨੂੰ ਲਾਈਟਾਂ ਲਗਾਉਣੀਆਂ, ਪਿੰਡ ਦੇ ਵਿੱਚ ਸਕਿਉਰਟੀ ਕੈਮਰੇ ਲਗਾਉਣੇ, CCTV ਕੈਮਰੇ ਲਗਾਉਣੇ, ਤਾਂ ਕਿ ਕੋਈ ਚੋਰੀਆਂ ਜਾਂ ਕੋਈ ਹੋਰ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਉਹ ਵੀ ਜਲਦ ਪੂਰਾ ਕਰ ਲਿਆ ਜਾਊਗਾ। ਇਸ ਤਰ੍ਹਾਂ ਪਰਮਾਤਮਾ ਸੁੱਖ ਰੱਖੂ। ਤਾਂ NRI ਵੀਰ ਮੇਰੇ ਬਹੁਤ ਇਸ ਗੱਲ ਐਕਸਾਈਟਡ ਆ ਸਾਡੇ ਬਣ ਤੋਂ ਬਾਅਦ, ਜਿਹੜੇ ਚਾਹੁੰਦੇ ਆ ਕਿ ਤੁਸੀਂ ਆਪਣੇ ਪਿੰਡ ਨੂੰ ਸੁੰਦਰ ਬਣਾਉਣ ਨੂੰ ਜੋ ਵੀ ਉਹ ਮਦਦ ਅਸੀਂ ਉਹਨਾਂ ਨੂੰ ਕਹੀਏ ਉਹ ਦੇਣ ਨੂੰ ਤਿਆਰ ਆ, ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਇਹ ਪਿੰਡ NRI ਭਰਾਵਾਂ ਦੀਆਂ ਪੁਰਾਣੀਆਂ ਯਾਦਾਂ, ਜਿੱਥੇ ਉਹ ਪਲੇ ਜੰਮੇ ਆ, ਅੱਜ ਵਿਦੇਸ਼ਾਂ 'ਚ ਬੇਸ਼ੱਕ ਬੈਠੇ ਆ, ਤਾਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ, ਕਿ ਉਹਨਾਂ ਦੇ ਸਹਿਯੋਗ ਤੋਂ ਵਗੈਰਾ ਸ਼ਾਇਦ ਮੁਸ਼ਕਲ ਹੀ ਹੋਵੇ ਕਿ ਜੇ ਪਿੰਡ ਨੂੰ ਸੁੰਦਰ ਬਣਾਉਣ ਲਈ। ਇਸ ਤਰ੍ਹਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਆ, ਅਤੇ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਉਮੀਦਾਂ ਅਤੇ ਉਹਨਾਂ ਨੂੰ ਪਿੰਡ ਉਹਨਾਂ ਦਾ ਜਿੱਥੇ ਬਚਪਨ ਦੀਆਂ ਯਾਦਾਂ ਉਹਨੂੰ ਪੂਰੇ ਚੰਗੀ ਤਰ੍ਹਾਂ ਸੁੰਦਰ ਬਣਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ। ਧੰਨਵਾਦ ਇਸ ਤਰ੍ਹਾਂ ਸਾਰੇ ਪਿੰਡ ਦਾ, ਇਹਨਾਂ NRI ਵੀਰਾਂ ਦਾ, ਅਤੇ ਜਿਹੜੇ ਮੇਰੇ ਪੰਚਾਇਤ ਮੈਂਬਰ ਹੋਰ ਸਾਰੇ ਮੇਰੇ ਨਾਲ ਚੱਲ ਰਹੇ ਆ, ਸਹਿਯੋਗ ਦੇ ਰਹੇ, ਪਿੰਡ ਵਾਸੀ ਸਾਰਿਆਂ ਦਾ ਬਹੁਤ ਮਿਹਰਬਾਨੀ ਜੀ। ਧੰਨਵਾਦ ਜੀ।